ਭਈਆ ਮੈਂ ਪਿਛਲੇ ਇੱਕ ਮਹੀਨੇ ਤੋਂ ਕੰਟੀਨਿਊ ਇੱਥੇ ਆ ਰਿਹਾ ਦੁਪਹਿਰ ਦੀ ਆਲਮੋਸਟ ਮਤਲਬ ਕਿ ਦੁਪਹਿਰ ਦੀ ਆਪਾਂ ਨਾਲ ਰੋਟੀ ਇੱਥੇ ਹੀ ਹੈ ਖਾਈ ਦੀ ਇਹਨਾਂ ਦੀ ਕੜੀ ਦਾ ਟੇਸਟ ਬਾਕੀਆਂ ਨਾਲੋਂ ਮਤਲਬ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਵੈਸੇ ਨਾ ਹੋਰ ਵੀ ਲਾਗੇ ਚਾਗੇ ਕਾਫੀ ਢਾਬੇ ਹੈਗੇ ਆ ਜੋ ਦੂਜਾ ਇਹਨਾਂ ਰੈਸਟੋਰੈਂਟ ਆ ਅਤੇ ਬਟ ਇਹਨਾਂ ਦਾ ਜਿਹੜਾ ਇਹਨਾਂ ਹੱਥਾਂ ਦਾ ਟੇਸਟ ਹੈਗਾ ਉਹ ਕੁਛ ਵੱਖਰਾ ਹੀ ਹੈਗਾ ਭਾਅ ਜੀ ਸਰ ਬੜਾ ਵਧੀਆ ਖਾਣਾ ਜੀ ਘਰ ਦਾ ਖਾਣਾ ਹੈ ਰੇਟ ਵੀ ਵਾਜਿਬ ਹੈ ਅਤੇ ਮਤਲਬ ਸਸਤਾ ਹੈ ਅਤੇ ਟੇਸਟੀ ਹੈ ਘਰ ਵਰਗਾ ਫੀਲ ਹੁੰਦਾ ਬਹੁਤ ਟੇਸਟੀ ਹੈ ਖਾਣਾ ਜੀ ਖਾਣਾ ਬਹੁਤ ਵਧੀਆ ਜੀ ਫਰੈਸ਼ ਖਾਣਾ ਘਰ ਦਾ ਖਾਣਾ ਮਤਲਬ ਬਾਹਰੋਂ ਤੁਸੀਂ ਖਾਂਦੇ ਹੋ ਤਾਂ ਹੈਵੀ ਹੁੰਦਾ ਜ਼ਿਆਦਾ ਅਤੇ ਨੋਰਮਲ ਖਾਣਾ ਵਧੀਆ ਮਤਲਬ ਹੋਸਪਿਟਲ 'ਚੋਂ ਵੀ ਪੇਸ਼ੈਂਟ ਆਉਂਦੇ ਨੇ ਔਰ ਉਹਨਾਂ ਵਾਸਤੇ ਵੀ ਵਧੀਆ ਹੈਗਾ ਮਤਲਬ ਸਿੰਪਲ ਖਾਣਾ ਹੈਗਾ ਜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਵਿਦੇਸ਼ਾਂ ਦਾ ਰੁੱਖ ਕਰਦੀ ਹੈ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਨਾਲ ਮਿਲਾਉਂਗੇ ਜਿਨ੍ਹਾਂ ਨੇ ਕਰੀਬ 12-13 ਸਾਲ ਵਿਦੇਸ਼ ਦੇ ਵਿੱਚ ਕੰਮ ਕੀਤਾ ਲੇਕਿਨ ਹੁਣ ਆਪਣੇ ਇਲਾਕੇ ਦੇ ਵਿੱਚ ਆ ਕੇ ਇੱਕ ਗੋਪੀ ਦੇ ਢਾਬਾ ਨਾਂ ਦਾ ਚੱਲਦਾ ਫਿਰਦਾ ਜਿਹੜਾ ਇੱਕ ਢਾਬਾ ਤਿਆਰ ਕੀਤਾ ਹੈ ਮੇਰੇ ਨਾਲ ਕਮਲ ਜੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਮਲ ਜੀ ਪਹਿਲਾਂ ਥੋੜ੍ਹਾ ਆਪਣੇ ਬਾਰੇ ਦੱਸੋ ਤੁਸੀਂ ਕੀ ਕੀਤਾ ਕਿਵੇਂ ਵਿਦੇਸ਼ ਗਏ ਉੱਥੇ ਜਾ ਕੇ ਕੀ ਕੰਮ ਕਰਦੇ ਸੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਨਮਸਕਾਰ ਸਰ ਔਰ ਮੈਂ ਸਰ 2007 ਦੇ ਵਿੱਚ ਮਸਕਟ ਗਿਆ ਸੀਗਾ ਔਰ ਮੈਂ ਬੀਕੌਮ ਕੀਤੀ ਦੀ ਹੈ ਔਰ ਮੈਂ ਅਕਾਊਂਟੈਂਟ ਦਾ ਉੱਥੇ ਜੋਬ ਕਰਦਾ ਹੁੰਦਾ ਸੀਗਾ ਤਕਰੀਬਨ ਮੈਂ 13 ਸਾਲ ਉੱਥੇ ਜੋਬ ਕੀਤੀ ਹੈਗੀ ਹੈ ਔਰ ਜੋਬ ਕਰਨ ਦੇ ਦੌਰਾਨ ਕਾਫੀ ਕੁਛ ਚੰਗਾ ਟਾਈਮ ਵੀ ਆਇਆ ਮਾੜਾ ਟਾਈਮ ਵੀ ਆਇਆ ਕੋਵਿਡ ਵੀ ਸੀਗਾ ਉੱਥੇ ਅਤੇ ਬਹੁਤ ਕੁਝ ਦੇਖਣ ਤੋਂ ਬਾਅਦ ਮੈਂ ਸੋਚਿਆ ਕਿ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹੀ ਕੁਛ ਕੰਮ ਕੀਤਾ ਜਾਏ ਆਪਣੇ ਪਰਿਵਾਰ ਦੇ ਨਾਲ ਰਹਿਣ ਵਾਸਤੇ ਬਾਹਰ ਬਹੁਤ ਸਾਲ ਲਾ ਲਏ ਨੇ ਅਤੇ ਫਿਰ ਮੈਨੂੰ ਇੱਕ ਛੋਟਾ ਜਿਹਾ ਖਾਣੇ ਦਾ ਪ੍ਰੋਗਰਾਮ ਸੋਚਿਆ ਵੀ ਮੈਂ ਇੱਕ ਆਪਾਂ ਸੈਟਅਪ ਬਣਾਈਏ ਕੋਈ ਗੱਡੀ ਦੇ ਵਿੱਚ ਕਿ ਘਰ ਦਾ ਹੀ ਖਾਣਾ ਹੈਗਾ ਮੇਰੀ ਵਾਈਫ ਹੀ ਖਾਣਾ ਬਣਾਉਂਦੇ ਨੇ ਔਰ ਅਸੀਂ ਆਪਣੇ ਘਰ ਸਾਡਾ ਘਰ ਵੀ ਬਿਲਕੁਲ ਸਾਹਮਣੇ ਨਾਲ ਹੀ ਹੈਗਾ ਵੀ ਹੋਸਪਿਟਲ ਦੇ ਨਾਲ ਹੀ ਰੰਧਾਵਾ ਹੋਸਪਿਟਲ ਹੈਗਾ ਇੱਥੇ ਉਹਨਾਂ ਦੇ ਨਾਲ ਹੀ ਆਪਾਂ ਲਾਉਂਦੇ ਹਾਂ HDFC ਬੈਂਕ ਦੇ ਸਾਹਮਣੇ ਔਰ ਬੈਕ ਸਾਈਡ 'ਤੇ ਸਾਡਾ ਘਰ ਹੈ ਅਤੇ ਅਸੀਂ ਘਰੋਂ ਹੀ ਖਾਣਾ ਵਾਣਾ ਬਣਾ ਕੇ ਲੈ ਕੇ ਆਉਂਦੇ ਸਾਰਾ ਬਾਕੀ ਚਪਾਤੀਆਂ ਜਿਹੜੀਆਂ ਸਾਡੇ ਕੋਲ ਆਟੇ ਦੀ ਚਪਾਤੀਆਂ ਹੁੰਦੀਆਂ ਤਵੇ ਵਾਲੀਆਂ ਅਸੀਂ ਮੈਦੇ ਦਾ ਬਿਲਕੁਲ ਯੂਜ਼ ਨਹੀਂ ਕਰਦੇ ਔਰ ਫਾਸਟ ਫੂਡ ਲਾਉਂਦੇ ਹਾਂ ਸ਼ਾਮ ਨੂੰ ਔਰ ਦਿਨੇ ਸਾਡੇ ਕੋਲ ਘਰ ਦਾ ਖਾਣਾ ਹੁੰਦਾ ਹੈ ਰਾਜਮਾਂਹ ਚੌਲ ਹੁੰਦੇ ਕੜੀ ਚੌਲ ਹੁੰਦੇ ਨੇ ਔਰ ਨਾਲ ਚਪਾਤੀਆਂ ਅਤੇ ਇੱਕ ਸੁੱਕੀ ਸਬਜ਼ੀ ਹੈ ਸਾਡਾ ਮੀਨੂ ਸਰ ਬਿਲਕੁਲ ਸਿੰਪਲ ਜਿਹਾ ਮੀਨੂ ਹੈ ਇੱਕ ਆਮ ਆਦਮੀ ਵਾਸਤੇ ਕਿ ਅੱਜ ਮਹਿੰਗਾਈ ਦੇ ਦੌਰ ਦੇ ਵਿੱਚ ਅਸੀਂ 50 ਰੁਪਏ ਦੀ ਥਾਲੀ ਸ਼ੁਰੂ ਕੀਤੀ ਸੀਗੀ ਉਸ ਥਾਲੀ ਦੇ ਵਿੱਚ ਅਸੀਂ ਚੌਲ ਦਿੰਦੇ ਹਾਂ ਚੌਲਾਂ ਦੇ ਨਾਲ ਰਾਜਮਾਂਹ ਕੋਈ ਲੈ ਲਏ ਜਾਂ ਕੜੀ ਲੈ ਲਏ ਜਾਂ ਕੋਈ ਹੋਰ ਦਾਲ ਲੈ ਲਏ ਜਿੱਦਾਂ ਉਹਦੇ ਨਾਲ ਅਸੀਂ ਥੋੜ੍ਹੀ ਸੁੱਕੀ ਸਬਜ਼ੀ ਦਿੰਦੇ ਹਾਂ ਅਤੇ ਦੋ ਚਪਾਤੀਆਂ ਉਹਦੇ ਨਾਲ ਦਿੰਦੇ ਹੈਗੇ ਇਹ 50 ਰੁਪਏ ਦੇ ਵਿੱਚ ਅਸੀਂ ਦਿੰਦੇ ਹਾਂ ਬਾਕੀ ਬਹੁਤ ਵਧੀਆ ਚੱਲ ਰਿਹਾ ਸਰ ਕੋਈ ਗੱਲ ਨਹੀਂ ਸਾਰਿਆਂ ਦਾ ਬਹੁਤ ਸਹਿਯੋਗ ਮਿਲ ਰਿਹਾ ਸਰ ਸਾਨੂੰ ਅਸੀਂ ਦੇਖਿਆ ਕਿ ਪਰਿਵਾਰ ਵੀ ਨਾਲ ਹੈ ਪਰਿਵਾਰ ਵੱਲੋਂ ਇੱਥੇ ਚਾਹੇ ਚਪਾਤੀ ਬਣਾਈ ਜਾ ਰਹੀ ਹੈ ਚਾਹੇ ਤੁਸੀਂ ਸਰਵ ਕਰਦੇ ਹੋ ਤੁਹਾਨੂੰ ਦੇਖਿਆ ਸੀ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕਾਂ ਦਾ ਸੁਪਨਾ ਹੁੰਦਾ ਕਿ ਆਪਾਂ ਵਿਦੇਸ਼ਾਂ ਵਿੱਚ ਕੰਮ ਕਰਕੇ ਆਈਏ ਫਿਰ ਇੱਥੇ ਆ ਕੇ ਆਰਾਮ ਕਰੀਏ ਇੱਥੇ ਆ ਕੇ ਤੁਸੀਂ ਇੱਕ ਕੰਮ ਕਰ ਰਹੇ ਹੋ ਨੌਜਵਾਨ ਪੀੜ੍ਹੀ ਉਹ ਵਿਦੇਸ਼ਾਂ ਵੱਲੋਂ ਜਾ ਰਹੀ ਹੈ ਨਹੀਂ ਸਰ ਵਿਦੇਸ਼ ਜਾਣਾ ਜਾਂ ਤਾਂ ਬੱਚਾ ਕੋਈ ਚੰਗਾ ਪੜ੍ਹਿਆ ਲਿਖਿਆ ਹੈਗਾ ਵਿਦੇਸ਼ ਜਾ ਰਿਹਾ ਜਾਂ ਫਿਰ ਉਹਦੇ ਕੋਲ ਚੰਗਾ ਕੋਈ ਫਾਈਨੈਂਸ਼ੀਅਲ ਬੈਕਗ੍ਰਾਊਂਡ ਹੈ ਅਤੇ ਆਪਣਾ ਕੋਈ ਆਪਣਾ ਬਿਜ਼ਨਸ ਸ਼ੁਰੂ ਕਰ ਸਕਦਾ ਉੱਥੇ ਬਾਕੀ ਅਗਰ ਤੁਸੀਂ ਜਾ ਕੇ ਉੱਥੇ ਕਹੋ ਜੋਬ ਉੱਥੇ ਨਹੀਂ ਮਿਲਦੀ ਹਾਲਾਂਕਿ ਮੈਂ ਤਾਂ ਮਸਕਟ ਦੇ ਵੀ ਸੀਗਾ ਯੂਰੋਪੀਅਨ ਕੰਟਰੀ ਨਹੀਂ ਸੀ ਉਹ ਇੱਕ ਗਲਫ ਕੰਟਰੀ ਹੈ ਬਟ ਮੈਂ ਬੀਕੌਮ ਕੀਤੀ ਦੀ ਸੀ ਅਤੇ ਮੈਨੂੰ ਅਕਾਊਂਟੈਂਟ ਦੀ ਜੋਬ ਸੀ ਮੇਰੀ ਜੋਬ ਬਹੁਤ ਸ਼ਾਨਦਾਰ ਸੀ ਸੈਲਰੀ ਵੀ ਬਹੁਤ ਚੰਗੀ ਸੀ ਬਟ ਅਨਫੋਰਚੁਨੇਟਲੀ ਹਰ ਚੀਜ਼ ਦਾ ਕੁਛ ਨਾ ਕੁਛ ਅੰਤ ਹੁੰਦਾ ਹੀ ਹੈ
ਅਤੇ ਉੱਥੋਂ ਦੀ ਸਰਕਾਰ ਬਦਲ ਗਈ, ਉੱਥੋਂ ਦੇ ਬਾਦਸ਼ਾਹ ਸਾਹਿਬ ਜੀ ਉਹ ਚੇਂਜ ਹੋ ਗਏ, ਮਰ ਗਏ ਸੀਗੇ ਜਦੋਂ ਨਵੇਂ ਬਾਦਸ਼ਾਹ ਬਣੇ, ਅਤੇ ਉਹਨਾਂ ਨੇ ਫਿਰ ਆਪਣੇ ਦੇਸ਼ ਦੇ ਲੋਕਾਂ ਨੂੰ ਨੌਕਰੀ ਦੇਣੀ ਚਾਹੀਦੀ ਕਿਉਂਕਿ ਉਹ ਲੋਕ ਬਹੁਤ ਜ਼ਿਆਦਾ ਐਜੂਕੇਟਿਡ ਹੋ ਗਏ ਸੀਗੇ, ਉੱਥੇ ਬਹੁਤ ਜ਼ਿਆਦਾ ਅਨਇੰਪਲਾਈਮੈਂਟ ਸੀਗੀ, ਇਸ ਕਰਕੇ ਵਾਈਟ ਕੋਲਰ ਜੋਬ ਜਿੰਨੀਆਂ ਵੀ ਸੀ ਉਹਨਾਂ ਨੇ ਖਤਮ ਕਰਤੀਆਂ, ਉਹ ਸੋ ਮੈਨੂੰ ਵੀ ਇੱਥੇ ਵਾਪਸ ਆਉਣਾ ਪਿਆ। ਔਰ ਸਰ ਕੰਮ ਹੀ ਕਰਨਾ ਹੈ ਅਤੇ ਆਪਾਂ ਇੱਥੇ ਕਰੀਏ, ਮੈਂ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਆਪਣਾ ਗੋਪੀ ਦਾ ਢਾਬਾ ਦੇ ਨਾਂ 'ਤੇ, ਮੇਰਾ ਬਹੁਤ ਵਧੀਆ ਚੱਲ ਰਿਹਾ ਸਰ। ਔਰ ਬਾਹਰ ਜਾ ਕੇ ਅਗਰ ਤੁਸੀਂ ਫਾਈਨੈਂਸ਼ਲੀ ਸਟਰੋਂਗ ਹੈਗੇ ਹੋ ਜਾਂ ਵਧੀਆ ਤੁਹਾਡਾ ਐਜੂਕੇਸ਼ਨ ਬੈਕਗ੍ਰਾਉਂਡ ਹੈਗਾ ਤਾਂ ਤੁਸੀਂ ਉੱਥੇ ਸਫਲ ਹੋ ਸਕਦੇ ਹੋ, ਅਦਰਵਾਈਜ਼ ਤੁਹਾਨੂੰ ਪੈਟਰੋਲ ਪੰਪ 'ਤੇ ਜਾਂ ਹੋਟਲ 'ਤੇ ਹੀ ਕੰਮ ਮਿਲੇਗਾ ਸਰ, ਔਰ ਤੁਹਾਨੂੰ ਬਹਿਣ ਵਾਸਤੇ ਕੁਰਸੀ ਨਹੀਂ ਮਿਲੇਗੀ, ਕਦੀ ਵੀ ਕੰਮ ਕੁਰਸੀ ਵਾਲਾ ਨਹੀਂ ਮਿਲੇਗਾ ਸਰ। ਖਿੱਚ ਰਹਿੰਦੀ ਹੈ ਆਪਣੇ ਮੁਲਕ ਦੀ, ਆਪਣੇ ਇਲਾਕੇ ਦੀ ਖਿੱਚ ਵੀ ਰਹਿੰਦੀ ਹੈ। ਅਸੀਂ ਜਿੰਨਾ ਮਰਜ਼ੀ ਵਿਦੇਸ਼ਾਂ ਦੇ ਵਿੱਚ ਕੰਮ ਕਰ ਲਈਏ, ਮੁੜ ਇੱਧਰ ਹੀ ਆਪਣੇ ਮੁਲਕ 'ਚ ਪਰਤਦੇ ਹੈਗੇ ਹਾਂ ਅਸੀਂ। ਵਿਦੇਸ਼ਾਂ ਦੇ ਵਿੱਚ ਜਾ ਕੇ ਅਸੀਂ ਦੇਖਿਆ ਕਿ ਲੋਕ ਉੱਥੇ ਜਾ ਕੇ ਛੋਟੇ ਛੋਟੇ ਕੰਮ ਕਰ ਲੈਂਦੇ, ਲੇਕਿਨ ਇੱਥੇ ਕਰਨ ਦੇ ਵਿੱਚ ਸ਼ਰਮ ਮਹਿਸੂਸ ਕਰਦੇ ਆ। ਤੁਸੀਂ ਆ ਕੇ ਉਹ ਲੋਕਾਂ ਦੇ ਲਈ ਐਗਜ਼ਾਮਪਲ ਬਣੇ ਹੋਏ। ਬਿਲਕੁਲ ਸਰ, ਵਿਦੇਸ਼ਾਂ ਜਾ ਕੇ ਮੈਂ ਖੁਦ ਦੇਖਿਆ ਸਰ, ਲੋਕਾਂ ਨੂੰ ਪੈਟਰੋਲ ਪੰਪ 'ਤੇ ਕੰਮ ਕਰਦੇ ਨੇ, ਔਰ ਉੱਥੇ ਡਿਊਟੀ ਜਿਹੜੀ ਹੈ 12-12 ਘੰਟੇ ਡਿਊਟੀ ਕਰਨ ਤੋਂ ਬਾਅਦ ਉਹਨਾਂ ਨੂੰ ਓਵਰਟਾਈਮ ਮਿਲਦਾ ਹੈ, ਔਰ ਕਦੀ ਕਦੀ ਕੰਪਨੀਆਂ ਸਿਰਫ ਨੋਰਮਲ ਸੈਲਰੀ ਉਹਨਾਂ ਨੂੰ ਦਿੰਦੇ, ਜਿਹੜੀ ਉਹਨਾਂ ਨੇ ਕੰਟਰੈਕਟ ਸਾਈਨ ਕੀਤਾ ਤਾਂ ਉਹ ਸੈਲਰੀ ਵੀ ਨਹੀਂ ਮਿਲਦੀ ਹੈ ਕਈ ਵਾਰੀ ਐਮਪਲੋਈਜ਼ ਨੂੰ, ਉਸ ਤੋਂ ਘੱਟ ਸੈਲਰੀ ਮਿਲਦੀ ਹੈ, ਓਵਰਟਾਈਮ ਤਾਂ ਬਹੁਤ ਦੂਰ ਦੀ ਗੱਲ ਹੈ ਸਰ। ਅਤੇ ਇਸ ਕਰਕੇ ਮੈਂ ਤਾਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਯੂਰਪ ਵੀ ਜਾਂਦੇ ਹੋ 20-25 ਲੱਖ ਰੁਪਏ ਲਾ ਕੇ, 30 ਲੱਖ ਰੁਪਏ ਲਾ ਕੇ, ਤਾਂ ਤੁਹਾਨੂੰ ਸ਼ੋਰਟੀ ਕੀ ਹੈ, ਉੱਥੇ ਕੋਈ ਸ਼ੋਰਟੀ ਨਹੀਂ ਹੈ। ਜਾਂ ਤਾਂ ਤੁਸੀਂ ਐਜੂਕੇਸ਼ਨ ਬੇਸ 'ਤੇ ਜਾ ਰਹੇ ਹੋ ਇਸ ਆਪਣਾ ਕੋਈ ਵੀਜ਼ਾ ਲੈ ਕੇ, ਤਾਂ ਤੁਹਾਨੂੰ ਕੋਈ ਚਾਂਸਿਸ ਹੈਗੇ ਉੱਥੇ, ਬਾਕੀ ਅਗਰ ਤੁਸੀਂ ਜਾ ਕੇ ਉੱਥੇ ਸੋਚੋ ਕਿ ਮੈਂ ਜਾ ਕੇ ਉੱਥੇ ਕਾਮਯਾਬ ਹੋ ਜਾਂ, ਇੱਦਾਂ ਨਹੀਂ ਹੋ ਸਕਦਾ। ਜਾਂ ਬੋਨ ਵਿੱਚ ਸਿਲਵਰ ਸਪੂਨ ਅਗਰ ਕੋਈ ਬੰਦਾ ਹੈਗਾ ਤਾਂ ਉਹ ਤਾਂ ਸਰ ਇੱਥੇ ਵੀ ਕਾਮਯਾਬ ਹੈ ਉੱਥੇ ਵੀ, ਬਟ ਅਗਰ ਮਿਹਨਤ ਹੀ ਕਰਨੀ ਆਪਣੇ ਦੇਸ਼ ਵਿੱਚ ਰਹਿ ਕਰੋ, ਤਾਂ ਤੁਸੀਂ ਇੰਨੇ 20-22 ਲੱਖ ਰੁਪਏ ਲਾ ਕੇ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰ ਸਕਦੇ ਹੋ, ਉਹਦਾ ਵਧੀਆ ਕੰਮ ਤੁਹਾਡਾ ਚੱਲ ਸਕਦਾ ਸਰ। ਗੋਪੀ ਦੇ ਢਾਬੇ ਦਾ ਲੋਕਾਂ ਵੱਲੋਂ ਕਿਵੇਂ ਰਿਸਪੋਂਸ ਮਿਲਦਾ? ਲੋਕਾਂ ਵੱਲੋਂ ਸਰ ਬਹੁਤ ਵਧੀਆ ਰਿਸਪੋਂਸ ਮਿਲਦਾ ਸਰ ਮੈਨੂੰ, ਸਾਡੇ ਜਿੰਨੇ ਵੀ ਮੁਹੱਲੇ ਦੇ ਵੀ ਹੈਗੇ ਨੇ ਬੰਦੇ, ਜਿੰਨੇ ਵੀ ਘਰ ਹੈਗੇ ਨੇ, ਜਿਨ੍ਹਾਂ ਨੂੰ ਥੋੜ੍ਹੀ ਬਹੁਤ ਵੀ ਕੋਈ ਚੀਜ਼ ਚਾਹੀਦੀ ਹੈ ਸਾਡੇ ਕੋਲ, ਕਦੀ ਰੋਟੀ ਕੋਈ ਮਹਿਮਾਨ ਆਇਆ ਤਾਂ ਘਰ ਨਹੀਂ ਬਣਾਉਂਦੇ, ਰੋਟੀ ਸਬਜ਼ੀ ਸਾਡੇ ਕੋਲ ਲੈ ਜਾਂਦੇ ਨੇ, ਬਹੁਤ ਵਧੀਆ ਰਿਸਪੋਂਸ ਮਿਲ ਰਿਹਾ ਸਾਡੇ ਬੰਦੇ ਜਿੰਨੇ ਵੀ ਲੋਕਲ ਹੈਗੇ ਨੇ ਸਰ। ਔਰ ਬਾਕੀ ਮਾਤਾ ਰਾਣੀ ਦੀ ਕਿਰਪਾ, ਆਪ ਦਾ ਆਸ਼ੀਰਵਾਦ ਸਾਰਿਆਂ ਦਾ ਸਰ। ਕੁਛ ਟਿਫਨ ਦੀ ਫੈਸਿਲਿਟੀ ਵੀ ਆਪਾਂ ਦੇਖੀ, ਇੱਥੇ ਲਿਖਿਆ ਤੁਸੀਂ ਲਿਖ ਕੇ ਲਾਇਆ ਕਿ ਟਿਫਨ, ਉਹਦੇ ਬਾਰੇ ਥੋੜ੍ਹਾ ਜਿਹਾ ਜੀ। ਸਰ ਐਕਚੁਅਲੀ ਮੇਰੇ ਕੋਲ ਸਰ ਅਜੇ ਬੰਦਾ ਕੋਈ ਹੈ ਨਹੀਂ, ਮੈਂ ਅਤੇ ਮੇਰੀ ਵਾਈਫ ਹੀ ਦੋਨੋਂ ਕੰਮ ਕਰਨੇ ਆ ਇੱਥੇ, ਔਰ ਟਿਫਿਨ ਸੇਵਾ ਮੇਰੇ ਕੋਲ ਉਹਦਾ ਇੱਕ ਥੋੜ੍ਹਾ ਜਿਹਾ ਮੈਂ ਇਹਨੂੰ ਚੇਂਜ ਕੀਤਾ ਹੈ ਕਿ ਜੇ ਕੋਈ ਟਿਫਿਨ ਲਵਾਉਣਾ ਚਾਹੁੰਦਾ ਹੈ ਤਾਂ ਮੈਨੂੰ ਫੋਨ ਕਰਕੇ ਉਹ ਪੈਕ ਕਰਵਾ ਸਕਦੇ ਨੇ, ਪਰ ਇੱਥੇ ਆ ਕੇ ਫਿਰ ਉਹ ਲੈ ਕੇ ਜਾਣਾ ਪਏਗਾ ਉਹਨਾਂ ਨੂੰ। ਰਾਤੀ 9 ਵਜੇ ਤੱਕ ਵੀ ਅਸੀਂ ਟਿਫਿਨ ਨੂੰ ਇਹਨੇ ਸਰਵ ਕਰਨੇ ਹੈਗੇ ਹਾਂ, 7 ਵਜੇ ਤੱਕ ਕੋਈ ਆਪਣਾ ਔਡਰ ਦੇ ਦੇ ਤਾਂ 8:30-9 ਤੋਂ ਬਾਅਦ ਆਪਾਂ ਇੱਥੇ ਡਿਲੀਵਰ ਕਰ ਦਿੰਦੇ ਹਾਂ। HDFC ਬੈਂਕ ਦੇ ਸਾਹਮਣੇ ਅਸੀਂ ਲਾਉਂਦੇ ਹਾਂ ਬਿਲਕੁਲ ਆਪਣੀ ਕਾਰਟ, ਅਤੇ ਮੇਰਾ ਘਰ ਵੀ HDFC ਬੈਂਕ ਦੇ ਬੈਕ ਸਾਈਡ 'ਤੇ ਸਰ ਨੇ ਹੈਗਾ, ਅਤੇ ਜੇ ਕੋਈ ਖਾਣਾ ਚਾਹੀਦਾ ਹੈ ਕਿਸੇ ਨੂੰ ਤਾਂ ਮੇਰੇ ਨੰਬਰ 'ਤੇ ਫੋਨ ਕਰਦੇ ਨੇ, ਫੋਨ ਕਰਕੇ ਲਿਖਾ ਦਿੰਦੇ, ਮੈਂ ਉਹਨਾਂ ਨੂੰ ਇੱਥੇ 8:30-9 ਦੇ ਵਿੱਚ ਦੇ ਦਿੰਦਾ ਸਰ। ਕੁਝ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਸਰ, ਮਿਹਨਤ ਕਰਨੀ ਹੈ ਤਾਂ ਕਿਉਂ ਨਾ ਆਪਣੇ ਦੇਸ਼ ਰਹਿ ਕੇ ਕੀਤੀ ਜਾਏ, ਜਾਂ ਫਿਰ ਮੈਂ ਤਾਂ ਸ਼ੁਰੂ ਤੋਂ ਵੀ ਕਿਹਾ ਹੈਗਾ ਅਗਰ ਫਾਈਨੈਂਸ਼ੀਅਲ ਬੈਕਗ੍ਰਾਉਂਡ ਹੈ ਜਾਂ ਐਜੂਕੇਸ਼ਨਲ ਬੈਕਗ੍ਰਾਉਂਡ ਹੈਗਾ ਤਾਂ ਤੁਸੀਂ ਉੱਥੇ ਸਫਲ ਹੋ ਸਕਦੇ ਹੋ, ਅਦਰਵਾਈਜ਼ ਅਗਰ ਤੁਸੀਂ ਸੋਚੋ ਕਿ ਮੈਨੂੰ ਕੋਈ ਚਾਚੇ ਦਾ ਮੁੰਡਾ ਜਾਂ ਮਾਮੇ ਦੇ ਕੋਈ ਨਹੀਂ ਲੈ ਕੇ ਜਾ ਸਕਦਾ ਕਿਸੇ ਨੂੰ, ਐਮਬੈਸੀ ਥਰੂ ਜਾਣਾ ਚਾਹੋ, ਐਮਬੈਸੀ ਥਰੂ ਜਾਓ, ਪ੍ਰੋਪਰ ਥਰੂ ਚੈਨਲ ਜਾਓ, ਬਾਕੀ 2 ਨੰਬਰ 'ਚ ਜਾ ਕੇ ਆਪਣੇ ਮਾਂ ਪਿਓ ਦੇ ਪੈਸੇ ਵੀ ਖਰਾਬ ਨਾ ਕਰੋ। ਮੈਂ ਤਾਂ ਇਹੀ ਕਹਿਣਾ ਚਾਹਾਂਗਾ ਸਰ, ਆਪਣੇ ਇੱਥੇ ਰਹਿ ਕੇ ਕੋਈ ਛੋਟਾ ਮੋਟਾ ਕੰਮ ਕਰੋ, ਔਰ ਜਾਂ ਫਿਰ ਅਗਰ ਤੁਸੀਂ ਕੋਈ ਹੁਨਰ ਹੈ ਤੁਹਾਡੇ 'ਚ ਜਾਂ ਸਕਿੱਲਡ ਵਰਕਰ ਹੋ ਗਏ ਹੋ ਤਾਂ ਫਿਰ ਵੀ ਤੁਸੀਂ ਗਲਪ ਵੀ ਜਾ ਸਕਦੇ ਹੋ, ਬਟ ਐਂਡ ਆਫ ਦਾ ਡੇ ਸਰ ਮਤਲਬ ਤਾਂ ਇਹੀ ਹੈ ਨਾ ਕਿ ਆਉਣਾ ਤਾਂ ਘਰ ਹੀ ਆਪਣੇ ਸਰ। ਜੀ ਬਿਲਕੁਲ, ਇਹ ਸਨ ਸਾਡੇ ਨਾਲ ਕਮਲ ਜੀ ਜਿਨ੍ਹਾਂ ਨੇ BCOM ਕੀਤੀ, ਵਿਦੇਸ਼ ਦੇ ਵਿੱਚ ਲਗਭਗ 13 ਸਾਲ ਕੰਮ ਕੀਤਾ, ਮੁੜ ਆਪਣੇ ਵਤਨ ਵਾਪਸ ਪਰਤੇ, ਆਪਣਾ ਇੱਕ ਗੋਪੀ ਦੇ ਢਾਬੇ ਨਾਂ ਦਾ ਸਟਾਲ ਲਗਾਇਆ। ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਚਾਹੇ ਛੋਟਾ ਕੰਮ ਕਰੋ ਲੇਕਿਨ ਆਪਣਾ ਕੰਮ ਕਰੋ, ਉਸ ਦੇ ਵਿੱਚ ਹੀ ਤੁਹਾਡਾ ਲਾਭ ਹੋ ਸਕਦਾ ਹੈ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।